हां जी मैं हद जमाल ਤੁਸੀਂ ਦੇਖ ਰਹੇ ਹੋ ਬੀਸਟੀ ਮੇਜਾ ਵੀ ਲੋ ਜੀ ਮੇਰੇ ਵੱਲ ਸलाम ਸਭ ਨੂੰ ਤੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਿਹਤਮੰਦ ਹੋਵੋਗੇ ਤੇ ਲੋ ਮੈ ਲਿਆ ਗਿਆ ਤੁਹਾਡੀ ਦੋ ਛੋਟੀ ਛੁਟੀਆਂ ਖਬਰਾਂ ਤੇ ਇੱਕ ਬੋਨਸ 6 ਸੇ ਚੰਤ ਦੇ ਬਾਰੇ ਨਵੀਂਤਾ ਜਿਹੜੀ ਨਵੀਂ ਖਬਰ ਆਈ ਹੈ ਤੇ ਮੈਨ ਲੱਗਾ ਤੁਹਾਡਾ ਸ਼ੇਅਰ ਕਰਨੀ ਚਾਹੀਦੀ ਹੈ ਤੇ ਦੂਜੀ ਜਿਹੜੀ 1000 ਯੂਰੋ ਪੈਨਸ਼ਨ ਦਾ ਰੋਲਾ ਹੈ ਕੀ ਜ਼ਾਰ ਯੂਰੋ ਪੈਨਸ਼ਨ ਸਾਰੇ ਇਟਲੀ ਵਿੱਚ ਲਾਗੂ ਹੋਵੇਗੀ ਹਰ ਬੰਦਾ ਜਿਹੜਾ ਕਿ ਜਿਹੜੇ ਅੰਜ਼ੀਆਂ ਨੇ ਜਿਹੜੇ ਬੁੱਢੇ ਬੰਦੇ ਜਿਹੜੇ ਵਡੇਰੀ ਉਮਰ ਦੇ ਨੇ ਜਿਨ੍ਹਾਂ ਨੂੰ ਪੈਨਸ਼ਨ ਲੱਗੀ ਹੈ ਕੀ ਜ਼ਾਰ 1000 ਯੂਰੋ ਸਾਰਾ ਇਟਲੀ ਲਾਗੂ ਹੋਵੇਗਾ ਹਰ ਬੰਦੇ ਨੂੰ ਲੱਗੇਗੀ ਇਹ ਹਮੇਸ਼ਾ ਲਈ ਲੱਗੀ ਰਹੇਗੀ ਕੀ ਕਨਸੈਪਟ ਹੈ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਕੋਬੀ ਦੀ ਚਿਨਾਵ ਦਿਵਾਂਜਨਾਲ ਜਿਹੜੀ ਪੈਨਸ਼ਨ ਹੈ ਇਹ ਜ਼ਾਰ ਯੂਰੋ ਕਰ ਦਿੱਤੀ ਗਈ ਹੈ ਕਿੱਥੇ ਦੀ ਕੰਪਨੀਆਂ ਦੀ ਜਿਹੜੀਆਂ ਕੰਪਨੀਆਂ ਉਹਦੇ ਵਿੱਚ ਸਾਰੇ ਇਟਲੀ ਵਿੱਚ ਬੇਸਿਕਲੀ ਮਿਨੀਮਲ ਜਿਹੜੀ ਪੈਨਸ਼ਨ ਮਿਲ ਰਹੀ ਹੈ 515.07 ਮਿਲ ਰਹੀ ਹੈ ਜਿਹੜੇ ਕਿ ਬੰਦੇ ਏਜ ਹੋ ਜਾਂਦੀ ਹੈ ਪੈਨਸ਼ਨ ਦੀ ਤੇ ਪੈਨਸ਼ਨ ਅਪਲਾਈ ਕਰਦੇ ਨੇ ਉਹਨਾਂ ਨੂੰ ਮਿਨੀਮਮ ਕਿੰਨੀ ਪੈਨਸ਼ਨ ਮਿਲ ਰਹੀ ਸਾਰੇ ਇਟਲੀ ਵਿੱਚ 515.07 ਪੈਸੇ ਠੀਕ ਹੈ ਯੂਰੋ ਤੇ ਹੁਣ ਲੇਕਿਨ ਕੰਪਨੀ ਨੇ ਐਲਾਨ ਕੀਤਾ ਹੈ ਪੈਨਸ਼ਨ ਨੂੰ ਮਿਨੀਮਮ 1000 ਯੂਰੋ ਕਰ ਤੋ ਕਰ ਪੈਨਸ਼ਨ ਜਿਹੜੀ 1000 ਯੂਰੋ ਹੋਵੇਗੀ ਜਿਹੜੀ ਕਿ ਜਿਹੜੇ ਰੀਜਨਲ ਕੰਪਨੀਆਂ ਵਿੱਚ ਬੰਦੇ ਨੇ ਜਿਹੜੇ ਰੀਜਨਲ ਕੰਪਨੀਆਂ ਦੇ ਨੇੜੇ ਨੇ ਬੰਦੇ ਉਹਨਾਂ ਬੰਦਿਆਂ ਦੇ ਲਈ ਕਿੰਨੀ ਹੋਵੇਗੀ ਪੈਨਸ਼ਨ ਇਸ ਕੋਵਿਡ-19 ਦੇ ਵਜਿਨਾਲ ਉਹਨਾਂ ਦੀ ਪੈਨਸ਼ਨ 1000 ਯੂਰੋ ਹੋਵੇਗੀ ਬਾਕੀ ਸਾਰੇ ਰੀਜਨ ਵਿੱਚ ਜਿਹੜੇ ਨੇ ਉਹਦੇ ਵਿੱਚ ਵੀ ਸੰਘਾਤ ਹੀ ਜਿਹੜੇ ਨੇ ਉਹ ਪ੍ਰੈਸ਼ਰ ਪਾ ਰਹੇ ਨੇ ਗਵਰਨਮੈਂਟ ਤੇ ਗਵਰਨਮੈਂਟ ਨੂੰ ਕਹਿ ਰਹੇ ਨੇ ਕਿ ਸਿਰਫ ਕਮਜ਼ ਕਮ ਇਹ ਜਿਹੜੇ ਮਹੀਨੇ ਨੇ ਜਿਹੜੇ ਕਿ ਇਹ ਵਾਇਰਸ ਤੋਂ ਲੋਕੀ ਤੰਗ ਆਏ ਹੋਏ ਨੇ ਇਹ ਦੇ ਕਰਕੇ ਖਰਚੇ ਲੋਕਾਂ ਦੇ ਮੈਡੀਸਿਨਸ ਵਗੈਰਾ ਦੇ ਖਰਚੇ ਖਾਣ-ਪੀਣ ਵੱਖਰਾ ਤੇ ਕ੍ਰੈਸ਼ ਦੇ ਬਿੱਲ ਵਗੈਰਾ ਇਹ ਉਹ ਇਹ ਚੀਜ਼ਾਂ ਵੱਖਰੀਆਂ ਇਹਦੇ ਕਰਕੇ ਸਿਰਫ ਇਹ ਜਿਹੜੇ ਸਿੰਦਾਕਾਤ ਨੇ ਜਰਮਰਸ ਨੇ ਸਾਰਿਆਂ ਪ੍ਰੋਵੈਂਸ਼ਿਆਂ ਦੇ ਉਹ ਕਹਿ ਰਹੇ ਨੇ ਕਿ ਪੈਨਸ਼ਨ ਵਧਾਈ ਜਾਏ ਤੇ ਅਜੇ ਸਾਰੇ ਇਟਲੀ ਦੇ ਵਿੱਚ ਕੋਈ ਖਬਰ ਨਹੀਂ ਹੈ ਲੇਕਿਨ ਕੰਪਨੀਆਂ ਦੇ ਵਿੱਚ ਗਰੰਟੀਡ ਕਹਿ ਦਿੱਤਾ ਗਿਆ ਕਿ ਗਰੰਟੀਡ ਹੈ ਕਿ ਮਈ ਔਰ ਜੂਨ ਦੇ ਵਿੱਚ ਜਿਹੜੀ ਪੈਨਸ਼ਨ ਹੈ ਇਹ 1000 ਯੂਰੋ ਦਿੱਤੀ ਜਾਏਗੀ ਯਾਨੀ ਕਿ ਅਗਲੇ ਦੋਵੇਂ ਮਹੀਨੇ 1000 ਯੂਰੋ ਪੈਨਸ਼ਨ ਦਿੱਤੀ ਜਾਏਗੀ ਤੇ ਦੂਜੇ ਨੰਬਰ ਤੇ ਗੱਲ ਕਰਾਂਗੇ ਅਸੀਂ 600 ਯੂਰੋ ਬੋਨਸ ਵਾਲੀ ਦੀ ਕੀ ਨਵੀਂਤਾ ਹੈ 600 ਯੂਰੋ ਦਾ ਜਿਹੜਾ ਬੋਨਸ ਹੈ ਨਾ ਉਹਦੇ ਵਿੱਚ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਅਦੇ ਕੋਈ ਡੈਡ ਲਾਈਨ ਨਹੀਂ ਆਈ ਕਿ ਕਦ ਤੂੰ ਕਿਹੜੀ ਤਰੀਕ ਤੂੰ ਕਿਵੇਂ ਪੈਸੇ ਦੇਣਗੇ ਯਾਨੀ ਕਿ 15 ਤੋਂ ਬਾਅਦ ਦੇਣ ਨੇ ਠੀਕ ਹੈ ਲੇਕਿਨ ਕਦ ਕਿਵੇਂ ਦੇਣਗੇ ਕਿਵੇਂ ਸਟਾਰਟ ਹੋਵੇਗਾ ਤੇ ਕੱਲ ਉਹਨਾਂ ਇੱਕ ਲੇਟੈਸਟ ਅਪਡੇਟ ਹੈ ਕਿ ਜਿਨੇ ਪਹਿਲੀ ਤਰੀਖ ਅਪਲਾਈ ਕੀਤਾ ਹੋਵੇਗਾ ਉਹਨੂੰ 15 ਤਰੀਕ ਪੈਸੇ ਮਿਲਣਗੇ ਯਾਨੀ ਕਿ ਤਕਰੀਬਨ 15 ਦਿਨਾਂ ਬਾਅਦ ਤੁਹਾਨੂੰ ਪੈਸੇ ਮਿਲਣਗੇ ਜੇ ਤੁਸੀਂ ਅੱਜ ਪਹਿਲੇ ਅਪਲਾਈ ਕਰਦੇ ਹੋ ਤੇ ਫਿਰ ਤੁਹਾਨੂੰ ਇਮੇਜਿਨ ਕਰੋਗੇ ਤੇ ਤੁਹਾਨੂੰ 15 ਤਰੀਕ ਤੋਂ ਬਾਅਦ ਹੀ ਕਰੇ ਪੈਸੇ ਮਿਲਣਗੇ ਲੇਕਿਨ ਉਹਨਾਂ ਨੇ ਅਰਾਊਂਸ ਕੀਤਾ ਹੈ ਕਿ ਜਿਨੇ ਪਹਿਲੀ ਤਰੀਖ ਅਪਲਾਈ ਕਰ ਦਿੱਤਾ ਹੈ ਉਹਨਾਂ ਦਾ ਫੋਕਸ ਇਹ ਹੈ ਕਿ ਉਹਨੂੰ 15 ਤਰੀਕ ਜਿਹੜੇ ਨੇ ਬੋਨਸ ਸੇਚੈਂਟੋ ਜਿਹੜਾ ਹੈ ਇਹਦੇ ਨਹੀਂ ਤਾਂ ਸੇਚੈਂਟੋ ਯੂਰੋ ਉਹ ਮਿਲ ਜਾਏ ਤੇ ਲੋ ਜੀ ਐਸੀ ਨਵੀਂ ਤਾਸੀ ਤੇ ਵੀਡੀਓ ਨੂੰ ਸ਼ੇਅਰ ਕਰੋਗੇ ਬਾਕੀ ਵੀ ਖਬਰ ਪਹੁੰਚ ਸਕੇ ਤਦ ਤੱਕ ਲਈ ਮਿਲਦੇ ਆਂ ਅਗਲੀ ਵੀਡੀਓ ਵਿਚਾਰ ਬਰਾਕਾ